ਇਹ ਜੀ ਪਪੀਤਾ ਹੈ ਜਿਸ ਨੂੰ ਪਪਾਇਆ ਵੀ ਕਹਿੰਦੇ ਨੇ, ਪਪੀਤਾ ਵੀ ਕਹਿੰਦੇ ਨੇ। ਤੇ ਕਿਉਂਕਿ ਹੁਣ ਮੌਸਮ ਇੰਦਾ ਨਿਕਲ ਗਿਆ ਇਸ ਨੂੰ ਤਾਂ ਅਸੀਂ ਗਿਰਾ ਦਿੱਤਾ ਸਾਰਾ। ਅਸਲਾਮ ਅਲੈਕੁਮ ਪਿਆਰੇ ਭਾਈਓ, ਤੇ ਕੀ ਹਾਲ ਹੈ? ਠੀਕ ਹੋ? ਮੈਂ ਉਮੀਦ ਕਰਦਾ ਹਾਂ ਤੁਸੀਂ ਖੈਰ ਖਰੀਅਤ ਨਾਲ ਹੋਵੋ। ਤੇ ਅੱਜ ਪਿਆਰੇ ਭਾਈਓ ਅਸੀਂ ਆਪਣੇ ਕਲਾਸ ਫੈਲੋ ਕੋਲ ਜਾ ਰਹੇ ਹਾਂ, ਤੱਕੀ ਹਰਲ ਸਾਹਿਬ ਕੋਲ। ਤੇ ਕਲਾਸ ਫੈਲੋ ਨਹੀਂ ਆਪਣੇ, ਤੇ ਉਹਨਾਂ ਕੋਲ ਅਸੀਂ ਜਾ ਰਹੇ ਹਾਂ ਉਹਨਾਂ ਦੇ ਡੇਰੇ 'ਤੇ। ਅਤੇ ਬਾਕੀ ਇਹ ਸਕੂਲ ਹੈਗਾ ਜਿੱਥੇ ਮੈਂ ਮੈਟ੍ਰਿਕ ਕੀਤੀ ਸੀ 6ਵੀਂ ਤੋਂ ਲੈ ਕੇ 10ਵੀਂ ਤੱਕ, ਇੱਥੇ ਮੈਂ ਪੜ੍ਹਿਆ। ਅਤੇ ਕਾਫੀ ਮਾਰ ਵੀ ਖਾਧੀ ਹੈ, ਅਤੇ ਅਲਹਮਦੁਲਿਲਾ ਮਤਲਬ ਇੱਥੇ ਮੇਰੀ ਮੈਟ੍ਰਿਕ ਹੋਈ ਸੀ। ਅਤੇ ਇਹ ਸਕੂਲ ਵੇਖ ਸਕਦੇ ਹੋ, ਮਾਸ਼ਾਅੱਲਾ ਕਾਫੀ ਬੜਾ ਹੋ ਗਿਆ। ਪਹਿਲੇ ਛੋਟਾ ਸੀ, ਲੇਕਿਨ ਬਾਅਦ ਇਹਨਾਂ ਮਤਲਬ ਕਿ ਵਧਾ ਦਿੱਤਾ, ਕਿਉਂਕਿ ਤਾਦਾਦ ਹੀ ਵੱਧ ਗਈ ਸਕੂਲ ਦੇ ਵਿੱਚ, ਅਤੇ ਬੱਚੇ ਵੀ ਤਾਂ ਪੂਰੇ ਕਰਨੇ ਹਨ। ਉਸ ਤੋਂ ਬਾਅਦ ਸਕੂਲ ਓਪਨ ਹੈ, ਕਿਉਂਕਿ ਚਿਨੋਟ ਛੁੱਟੀਆਂ ਨਹੀਂ ਹੋਈਆਂ, ਚਿਨੋਟ 'ਚ 3 ਤਰੀਕ ਨੂੰ ਹੋਣੀਆਂ। ਅਤੇ ਬਾਕੀ ਆਹ ਵੇਖ ਸਕਦੇ ਹੋ ਰੇਹੜੀਆਂ ਲੱਗੀਆਂ, ਅਤੇ ਨਾਲ ਹੀ ਇਹ ਪ੍ਰਾਇਮਰੀ ਸਕੂਲ ਹੈਗਾ ਜਿੱਥੇ ਮਤਲਬ ਕਿ ਪਹਿਲੀ ਤੋਂ ਲੈ ਕੇ 5ਵੀਂ ਤੱਕ ਬੱਚੇ ਪੜ੍ਹਦੇ ਨੇ। ਅਤੇ ਉਸ ਤੋਂ ਬਾਅਦ ਅਤੇ ਇਹ ਛੋਟਾ ਜਿਹਾ ਹਸਪਤਾਲ ਹੈ, ਤਕਰੀਬਨ ਸਾਡੇ ਘਰਾਂ ਤੋਂ ਤਕਰੀਬਨ 7 ਕਿਲੋਮੀਟਰ ਦੂਰ। ਅਤੇ ਇਸ ਤੋਂ ਬਾਅਦ ਦੋਸਤੋ ਹੁਣ ਮੇਰੀ ਸਲਾਹ ਸੀ, ਤੱਕੀ ਕੋਲ ਚੱਲਦੇ ਹਾਂ ਅਤੇ ਇਹ ਵੀਡੀਓ ਸਟਾਰਟ ਕਰਦੇ ਹਾਂ। ਅਸਲਾਮ ਅਲੈਕੁਮ, ਅੱਜ ਸਾਡੇ ਕੋਲ ਜੀ ਅਮਜਦ ਸਾਹਿਬ ਆਏ ਨੇ, ਸਾਡੇ ਡੇਰੇ ਆਏ ਨੇ, ਤੇ ਅਮਜਦ ਸਾਹਿਬ ਨੇ ਆ ਕਿਹਾ ਕਿ ਤੁਹਾਡੇ ਕੋਲ ਵਿਜ਼ਿਟ ਕਰਨਾ ਹੈ। ਅੱਜ ਥੋੜਾ ਜਿਹਾ ਤੁਹਾਨੂੰ ਵਿਜ਼ਿਟ ਕਰਵਾਉਣਾ ਹੈ ਆਪਣੇ ਡੇਰੇ ਦਾ। ਤੇ ਆਹ ਸਾਡਾ ਕੁੱਤਾ ਜਿਹੜਾ ਬੜਾ ਬਸੰਤਾ ਹੈ, ਤੇ ਅਮਜਦ ਸਾਹਿਬ ਸਾਡੇ ਕੋਲ ਆਏ ਨੇ ਜੀ। ਅਸੀਂ ਪਿੰਡਾਂ ਵਾਲੇ ਲੋਕ ਹੁੰਦੇ ਹਾਂ, ਪਿੰਡਾਂ ਵਾਲਾ ਤਾਂ ਫਿਰ ਤੁਹਾਨੂੰ ਪਤਾ ਹੈ ਸਾਡੇ ਕੋਲ ਹਰ ਚੀਜ਼ ਨੈਚੁਰਲ ਪਾਈ ਜਾਂਦੀ ਹੈ। ਜੈਸੇ ਕਿ ਸਾਡੇ ਕੋਲ ਸਾਡੀਆਂ ਮੱਝਾਂ ਗਾਵਾਂ ਨੇ, ਤੁਸੀਂ ਦੁੱਧ ਉਹਨਾਂ ਕੋਲੋਂ ਪਿਓਰ ਲੈਣਾ ਹੁੰਦਾ ਹੈ। ਤੁਹਾਨੂੰ ਫਿਰ ਵਿਖਾਉਂਦੇ ਹਾਂ ਆਪਣਾ ਸਾਰਾ ਕੁਛ ਕੁਛ ਸਾਨੂੰ ਸ਼ੌਕ ਹੈ ਕਰ ਲਓ ਟ੍ਰੀਜ਼ ਦਾ, ਕੋਈ ਪੌਦੇ ਲਗਾਉਣ ਵਗਦਾ, ਤੁਹਾਨੂੰ ਉਹ ਵੀ ਵਿਖਾਉਂਦੇ ਹੈ, ਮੁਖਤਲਿਫ ਕਿਸਮ ਦੇ ਲਗਾਏ ਹੋਏ ਨੇ, ਤੁਹਾਨੂੰ ਲੋਕਾਂ ਨੂੰ ਬਹੁਤ ਕੁਝ ਅੱਛਾ ਅੱਛਾ ਵੇਖਣ ਨੂੰ ਮਿਲੇਗਾ ਇਨਸ਼ਾਅੱਲਾ। ਚਲ ਬੈਕ ਤਾਂ ਕਿਸਾਬ ਸਾਰਾ ਕੁੱਤਾ ਮੈਨੂੰ ਵੜ ਲੈਣਾ ਸੀ ਯਾਰ। ਯਾਰ ਕੁੱਤਾ ਨਹੀਂ ਵੜਦਾ, ਉਹਨੂੰ ਮੈਂ ਸਮਝਾ ਲਿਆ। ਇਹ ਜੀ ਸਾਡੇ ਤੁਸੀਂ ਜਾਨਵਰ ਵੇਖ ਸਕਦੇ ਹੋ। ਇਹ ਸਖਿਆ ਅਸੀਂ ਪਿੰਡਾਂ ਵਾਲੇ ਲੋਕ ਹਾਂ ਸਾਹਿਬ, ਆਪਣੀ ਧੂਪ ਆਪਣੀ ਛਾਂ ਮੇ ਰਹਿਤੇ ਹੈ, ਗਰੀਬ ਲੋਕ ਹੈ ਸਾਹਿਬ ਗਾਓ ਮੇ ਰਹਿਤੇ ਹੈ। ਤੇ ਆਹ ਸਾਡੀ ਜੀ ਸਖਿਆ ਗਰੀਬੀ ਦਾਵੇ ਦੀ ਆਹ ਸਾਡੀਆਂ ਕੁਛ ਚੀਜ਼ਾਂ ਨੇ, ਸਾਡੇ ਜਾਨਵਰ। ਠੀਕ, ਤੁਹਾਨੂੰ ਆਓ ਕੁਛ ਪੌਦੇ ਵੀ ਖਾਂਦੇ ਹੈ। ਤੇ ਕੀ ਆ ਕਿਹੜੀ ਚੀਜ਼ ਦੇ ਵਿੱਚ ਪਈ ਆ? ਇਹ ਜੀ ਪਪੀਤਾ ਹੈ ਜਿਸ ਨੂੰ ਪਪਾਇਆ ਵੀ ਕਹਿੰਦੇ ਨੇ, ਪਪੀਤਾ ਵੀ ਕਹਿੰਦੇ ਨੇ। ਤੇ ਕਿਉਂਕਿ ਹੁਣ ਮੌਸਮ ਇੰਦਾ ਨਿਕਲ ਗਿਆ ਇਸ ਨੂੰ ਤਾਂ ਅਸੀਂ ਗਿਰਾ ਦਿੱਤਾ ਸਾਰਾ। ਇਹ ਵੈਸੇ ਇਸਤੇਮਾਲ ਕਿਸ ਵਾਸਤੇ ਕਰਨਾ? ਇਹ ਬਾਈ ਖਾਣ ਲਈ ਇਸਤੇਮਾਲ ਹੁੰਦਾ ਹੈ, ਇਹਦੇ ਵਿੱਚ ਤੁਸੀਂ ਬਹੁਤ ਸਾਰੀ ਐਜ਼ ਏ ਫਲ ਵੀ ਹੈ, ਲੇਕਿਨ ਐਜ਼ ਏ ਮੈਡੀਸਨ ਵੀ ਹੈ, ਕਿਉਂਕਿ ਇਹ ਬਹੁਤ ਸਾਰੀ ਚੀਜ਼ਾਂ ਦਾ ਇਲਾਜ ਹੈ, ਜੈਸੇ ਕਿ ਮੈਦਾ ਵਗੈਰਾ, ਜਿਗਰ ਵਗੈਰਾ, ਔਰ ਗਰਮੀ ਵਗੈਰਾ ਹੋਵੇ ਤਾਂ ਮਤਲਬ ਕੋਈ ਜ਼ਰਕਾਨ ਵਗੈਰਾ ਵਾਲਾ ਬੰਦਾ ਹੈ ਤਾਂ ਉਹਦੇ ਵਾਸਤੇ ਬਹੁਤ ਬੜਾ ਇਲਾਜ ਹੈ, ਅਗਰ ਉਹ ਇਨਸਾਨ ਖਾਂਦੇ ਨੇ ਤਾਂ। ਸ਼ੂਗਰ ਵਾਲੇ ਮਰੀਜ਼ ਵਾਸਤੇ ਬਹੁਤ ਅੱਛਾ ਹੈ। ਅਤੇ ਇਹ ਬਾਈ ਪਪਾਏ ਦੇ ਦਰਖਤ ਨੇ, ਇਹ ਉੱਪਰ ਲੱਗੇ ਨੇ, ਉਹ ਟਾਪ 'ਤੇ ਅਸੀਂ ਉੱਥੋਂ ਗਿਰਾਏ ਨੇ। ਇਹ ਨਾਲ ਜੀ ਅਨਾਰ ਦੇ ਬੂਟੇ ਲੱਗੇ ਨੇ ਇਸ ਲਾਈਨ 'ਚ ਅਮਜਦ ਸਾਹਿਬ। ਇਹ ਸਾਹਮਣੇ ਅੰਗੂਰ ਨੇ, ਇਹ ਸਪੈਸ਼ਲ ਅਸੀਂ ਆਪਣੇ ਵਾਸਤੇ ਤਾਂ ਕਮਰੇ ਬਣਾਈਏ ਨਾ ਬਣਾਈਏ, ਇਹਨਾਂ ਵਾਸਤੇ ਸਪੈਸ਼ਲ ਬਣਾਇਆ ਹੋਇਆ ਹੈ ਇਹ ਸਾਹਿਬ ਭਾਈ। ਅੰਗੂਰ ਨੇ, ਇਹ ਜੀ ਆਲੂ ਬੁਖਾਰੇ ਦੇ ਦਰਖਤ ਹੈ ਨੇ, ਇਹ ਨਾਲ ਆੜੂ ਦਾੜੂ ਹੈ ਅਮਜਦ ਸਾਹਿਬ, ਜਿਹਨੂੰ ਅਸੀਂ ਪੀਚ ਵੀ ਕਹਿੰਦੇ ਹਾਂ। ਇਹ ਪੱਤੇ ਜੜ ਗਏ ਨੇ ਸਰਦੀ ਦੀ ਵਜ੍ਹਾ ਤੋਂ? ਪੱਤੇ ਜੜ ਗਏ ਨੇ ਸਰਦੀ ਦੀ ਵਜ੍ਹਾ ਤੋਂ, ਕਿਉਂਕਿ ਸਰਦੀ ਹੈ। ਆਹ ਸਾਡੇ ਕੋਲ ਜੀ ਅੰਬ ਹੈ, ਫਿਰ ਤੁਸੀਂ ਬਾਦਸ਼ਾਹ ਵੀ ਕਹਿ ਸਕਦੇ ਹੋ ਇਹਨੂੰ, ਮੈਂਗੋ ਵੀ ਕਹਿ ਸਕਦੇ ਹੋ, ਅਤੇ ਫਿਰ ਅੱਗੇ ਬਹੁਤ ਕੁਛ ਹੋਰ ਵੀ ਕਹਿ ਸਕਦੇ ਹੋ। ਇਸ ਤੋਂ ਬਾਅਦ ਅਮਜਦ ਸਾਹਿਬ ਅਸੀਂ ਇਹ ਪਿੱਛੇ ਕੁਛ ਛੋਟੇ ਪੌਦੇ ਹੋਣ ਲਗਾਏ ਨੇ ਜਿਹੜੇ ਅਜੇ ਤੱਕ ਹੋ ਰਹੇ ਨੇ, ਇਹ ਫੈਂਸੀ ਹੈ ਨੇ ਸਪੈਸ਼ਲ। ਅਤੇ ਅੱਗੇ ਕੁਛ ਲਗਾਏ ਹੋਏ ਨੇ ਅਮਰੂਦ ਵਗੈਰਾ ਦੇ ਆਏ ਨੇ, ਉਹ ਤੁਸੀਂ ਥੋੜ੍ਹੀ ਜਿਹੀ ਅੱਗੇ ਲਗਾਏ ਹੋਏ ਨੇ, ਉਹ ਇਸ ਜਗ੍ਹਾ 'ਤੇ ਹੈ ਨਹੀਂ। ਅਮਜਦ ਸਾਹਿਬ ਨਾਲ ਵੇਖਿਆ ਹੀ ਹੋਣਾ, ਉਹ ਪਿੰਡ ਤਾਂ ਸਾਰਾ ਤੁਸੀਂ ਵੇਖਿਆ ਹੀ ਹੋਣਾ, ਅਮਜਦ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਕੁਛ ਵਿਖਾਇਆ ਹੋਣਾ। ਅਤੇ ਪਿਆਰੇ ਭਾਈਓ, ਮੈਂ ਉਮੀਦ ਕਰਦਾ ਮੇਰਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਣਾ, ਅਤੇ ਅਗਰ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ। ਅਤੇ ਹੁਣ ਮਿਲਦੇ ਹਾਂ ਅਗਲੀ ਵੀਡੀਓ 'ਤੇ, ਮੈਂ ਚਾਹੁੰਦਾ ਇਜਾਜ਼ਤ, ਅਸਲਾਮ ਵਾਲੇਕੁਮ।